ਵੀ ਜਿਹੜਾ ਸਹਿਕਾਰੀ ਸਭਾਵਾਂ ਦੇ ਵਿੱਚ ਔਨਲਾਈਨ ਦੁੱਧ ਖਰੀਦਿਆ ਕੰਪਿਊਟਰਾਂ ਦੇ ਉੱਤੇ, ਵੀ ਉਸ ਨੂੰ ਇੱਕਦਮ 1 ਅਗਸਤ ਤੋਂ ਲੋਕ ਲਾ ਦਿੱਤੇ। ਕੋਈ ਨਾ ਦੁੱਧ ਖਰੀਦ ਸਕੇ, ਨਾ ਘੱਟ ਫੈਟ ਵਾਲਾ, ਨਾ ਵੱਧ ਫੈਟ ਵਾਲਾ, ਨਾ ਐਸਾ ਘੱਟ ਨਾ ਵੱਧ। ਇਹੋ ਜਿਹੇ ਕਈ ਤਰ੍ਹਾਂ ਦੇ ਇਹਨੇ ਸਿਸਟਮ ਦੇ ਵਿੱਚ ਲੋਕ ਲਾ ਦਿੱਤੇ ਤਾਂ ਕਿ ਸੁਸਾਇਟੀਆਂ ਨੇ ਜਿਹੜੀਆਂ ਬਿਲਕੁਲ ਬੰਦ ਹੀ ਹੋ ਜਾਣਗੀਆਂ। ਲੋਕ ਭੱਜਣਗੇ ਅਮੂਲ ਵੱਲ ਨੂੰ, ਅਮੂਲ ਨੂੰ ਫਾਇਦਾ ਮਿਲੂਗਾ। ਟੇਢੇ ਢੰਗ ਦੇ ਨਾਲ ਇਹ ਪ੍ਰਾਈਵੇਟ ਕੰਪਨੀ ਨੂੰ ਫਾਇਦਾ ਦੇਣਾ ਚਾਹੁੰਦੇ ਆ। ਸੋ ਜਦ ਦੁੱਧ ਨਹੀਂ ਰਹਿਣਾ ਸਾਡੇ ਕੋਲ, ਘੱਟ ਤਾਂ ਜਾਣੀ ਜਾਣਾ, ਦੁੱਧ ਦੇ ਸਿਰ 'ਤੇ ਸਾਡਾ ਸਾਰਾ ਕੰਮ ਚੱਲ ਰਿਹਾ ਪਲਾਂਟਾਂ ਦਾ। ਸੋ ਇਹ ਮੈਨੇਜਮੈਂਟ ਦੀ ਪਤਾ ਨਹੀਂ ਕਿਆ ਬੇਈਮਾਨੀ ਆ ਜਾਂ ਕੀ ਹੈ, ਕਿੱਧਰ ਜਾ ਰਹੇ ਆ, ਉਹ ਇਹਨਾਂ ਨੂੰ ਪਤਾ। ਦੁੱਧ ਪੈਦਾ 24 ਘੰਟੇ ਪਸ਼ੂਆਂ ਦੇ ਮਗਰ ਫਿਰਦਾ। ਜਦੋਂ ਅਸੀਂ ਸਾਡੇ ਕੋਲ ਦੁੱਧ ਲੈ ਕੇ ਆਉਂਦੇ ਸਭਾਵਾਂ ਦੇ ਵਿੱਚ, ਉੱਥੇ ਅਸੀਂ ਕਹਿ ਦਿੰਦੇ ਹਾਂ ਤੁਹਾਡਾ ਦੁੱਧ ਸਿਸਟਮ ਨਹੀਂ ਚੱਕ ਰਿਹਾ। ਹਾਂਜੀ, ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਅਤੇ ਮੈਂ ਅੰਬਰਵੀਰ। ਅਤੇ ਕਿਸਾਨਾਂ ਵੱਲੋਂ ਇੱਕ ਵਾਰੀ ਫਿਰ ਰੋਸ ਪ੍ਰਗਟ ਕਰ ਦਿੱਤਾ ਗਿਆ ਕਿ ਜਿਹੜਾ ਵੇਰਕਾ ਮਿਲਕ ਪਲਾਂਟ ਦੇ ਬਾਹਰ ਧਰਨਾ ਲੱਗ ਚੁੱਕਾ ਹੋਇਆ। ਆਓ ਆਪਾਂ ਜਿਹੜੇ ਕਿਸਾਨ ਆਗੂ ਨਾਲ ਗੱਲਬਾਤ ਕਰਨ ਵਾਲੇ ਪੁੱਛਦੇ ਹਾਂ ਵੀ ਕੀ ਮੁੱਦਾ ਕੀ ਇਸ ਵਾਰ ਜਿਹੜਾ ਰੋਸ ਪ੍ਰਗਟ ਕੀਤਾ ਗਿਆ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਸਰ, ਐਤਕੀ ਧਰਨਾ ਲਾਉਣ ਦਾ ਕੀ ਮੁੱਦਾ ਜੀ? ਐਤਕੀ ਮੁੱਦਾ ਇਹ ਸੀਗੀ ਜੀ, ਮੁੱਖ ਸਾਡਾ ਜਿਹੜਾ ਹੁਣ ਅੱਜ ਦਾ ਧਰਨਾ ਹੈ, ਇਹਨਾਂ ਨੇ 31 ਜੁਲਾਈ ਤੋਂ ਬਾਅਦ ਇੱਕੋ ਦਮ 31 ਜੁਲਾਈ ਨੂੰ ਆਰਡਰ ਪਾਸ ਕਰ ਦਿੱਤੇ ਵੀ ਜਿਹੜਾ ਸਹਿਕਾਰੀ ਸਭਾਵਾਂ ਦੇ ਵਿੱਚ ਔਨਲਾਈਨ ਦੁੱਧ ਖਰੀਦਿਆ ਕੰਪਿਊਟਰਾਂ ਦੇ ਉੱਤੇ, ਵੀ ਉਸ ਨੂੰ ਇੱਕਦਮ 1 ਅਗਸਤ ਤੋਂ ਲੋਕ ਲਾ ਦਿੱਤੇ ਤਾਂ ਕਿ ਵੀ ਕੋਈ ਨਾ ਦੁੱਧ ਖਰੀਦ ਸਕੇ, ਨਾ ਘੱਟ ਫੈਟ ਵਾਲਾ, ਨਾ ਵੱਧ ਫੈਟ ਵਾਲਾ, ਨਾ ਐਸਾ ਘੱਟ ਨਾ ਵੱਧ, ਨਾ ਹੀ ਉਸ ਦੇ ਵਿੱਚ ਕੋਈ ਗਲਤੀ ਦਾ ਸੁਧਾਰ ਹੋ ਸਕਦਾ। ਜੇ ਕੰਮ ਕਰਦੇ ਮਕੈ ਉਹ ਤੋਂ ਆਪਣੇ ਮੁਲਾਜ਼ਮ ਤੋਂ ਮੰਨ ਲਓ ਵੀ 10 ਕਿਲੋ ਦੁੱਧ ਲਿਆ ਸੀ, ਉੱਥੇ 1 ਜ਼ੀਰੋ ਹੋਰ ਲੱਗ ਗਈ, ਉਹਦਾ 100 ਲੀਟਰ ਚੜ ਗਿਆ, ਉਹ ਵੀ ਦੁੱਧ ਕੰਮ ਦਾ ਮਤਲਬ ਨਹੀਂ, ਗਲਤੀ ਨਹੀਂ ਸੁਧਾਰ ਸਕਦਾ। ਇਹੋ ਜਿਹੇ ਕਈ ਤਰ੍ਹਾਂ ਦੇ ਇਹਨੇ ਸਿਸਟਮ ਦੇ ਵਿੱਚ ਲੋਕ ਲਾ ਦਿੱਤੇ ਤਾਂ ਕਿ ਸੁਸਾਇਟੀਆਂ ਨੇ ਜਿਹੜੀਆਂ ਬਿਲਕੁਲ ਬੰਦ ਹੀ ਹੋ ਜਾਣਗੀਆਂ। ਥੋੜ੍ਹਾ ਜਿਹਾ ਇਹਦਾ ਝੁਕਾ ਜਿਹੜਾ ਲੋਕ ਭੱਜਣਗੇ ਅਮੂਲ ਵੱਲ ਨੂੰ, ਅਮੂਲ ਨੂੰ ਫਾਇਦਾ ਮਿਲੂਗਾ। ਟੇਢੇ ਢੰਗ ਦੇ ਨਾਲ ਇਹ ਪ੍ਰਾਈਵੇਟ ਕੰਪਨੀ ਨੂੰ ਫਾਇਦਾ ਦੇਣਾ ਚਾਹੁੰਦੇ ਆ। ਜਿਹੜਾ ਸਾਡਾ ਕੋਆਪਰੇਟਿਵ ਸਿਸਟਮ ਆ ਵੇਰਕਾ ਦਾ, ਉਸ ਨੂੰ ਕਮਜ਼ੋਰ ਕਰਕੇ ਅਖੀਰ ਇਸ ਨੂੰ ਵੇਚ ਦਿਆਂਗੇ ਵੀ ਚਲੋ ਕੋਈ ਗੱਲ ਨਹੀਂ ਭਾਈ, ਹੁਣ ਘੱਟੇ ਜਾ ਰਿਹਾ, ਕਿਉਂ ਜਦ ਦੁੱਧ ਨਹੀਂ ਰਹਿਣਾ ਸਾਡੇ ਕੋਲ, ਘੱਟ ਤਾਂ ਜਾਣੀ ਜਾਣਾ, ਦੁੱਧ ਦੇ ਸਿਰ 'ਤੇ ਸਾਡਾ ਸਾਰਾ ਕੰਮ ਚੱਲ ਰਿਹਾ ਪਲਾਂਟਾਂ ਦਾ। ਸੋ ਇਹ ਮੈਨੇਜਮੈਂਟ ਦੀ ਪਤਾ ਨਹੀਂ ਕਿਆ ਬੇਈਮਾਨੀ ਆ ਜਾਂ ਕੀ ਹੈ, ਕਿੱਧਰ ਜਾ ਰਹੇ ਆ, ਉਹ ਇਹਨਾਂ ਨੂੰ ਪਤਾ। ਜਿਹੜਾ ਤੁਸੀਂ ਦੱਸ ਰਹੇ ਹੋ ਲੋਕ ਲਾ ਦਿੱਤਾ ਗਿਆ ਸਿਸਟਮ ਨੂੰ, ਜਿਹੜਾ ਛੋਟਾ ਕਿਸਾਨ ਆ ਫਿਰ ਉਹ ਕਿੱਥੇ ਜਾਊਗਾ ਜੀ? ਉਹੀ ਗੱਲ ਆ, ਸਾਡੇ ਕੋਲੋਂ ਪ੍ਰੋਡਿਊਸਰ ਸਾਰੇ ਭੱਜ ਰਹੇ ਨੇ, ਇਸੇ ਗੱਲੋਂ ਦੁਖੀ ਹੋ ਗਏ। ਇੱਕ ਤਾਂ ਬੰਦਾ ਮਤਲਬ ਦੇਖੋ ਗਰਮੀ ਕਿੰਨੀ ਆ, ਦੁੱਧ ਪੈਦਾ 24 ਘੰਟੇ ਪਸ਼ੂਆਂ ਦੇ ਮਗਰ ਫਿਰਦਾ। ਜਦੋਂ ਅਸੀਂ ਸਾਡੇ ਕੋਲ ਦੁੱਧ ਲੈ ਕੇ ਆਉਂਦੇ ਸੁਭਾਵਾਂ ਦੇ ਵਿੱਚ, ਉੱਥੇ ਅਸੀਂ ਕਹਿ ਦਿੰਦੇ ਹਾਂ ਤੁਹਾਡਾ ਦੁੱਧ ਸਿਸਟਮ ਨਹੀਂ ਚੱਕ ਰਿਹਾ। ਹੁਣ ਦੇਖੋ ਉਹਨੇ 24 ਘੰਟੇ ਘੁੰਮ ਘੁਮਾ ਕੇ 5-4 ਲੀਟਰ ਦੁੱਧ ਆਪਣੇ ਰੋਜ਼ੀ ਰੋਟੀ ਖਾਤਰ ਪੈਦਾ ਕੀਤਾ, ਪਰ ਉਸ ਨੂੰ ਸਾਡੇ ਵੱਸ ਤੋਂ ਬਾਹਰ ਹੋ ਗਏ, ਸਿਸਟਮ ਨਹੀਂ ਲੈਂਦਾ ਉਹ, ਜਾਂ ਡੋਲੂ ਵਿਚਾਰਾਂ ਜਾਂ ਮਰੂ ਕੁਛ ਨਾ ਕੁਛ ਤਾਂ ਕਰੂਗਾ ਹੀ, ਉਹ ਇਸ ਲਈ ਮੁੜ ਕੇ ਸੁਸਾਇਟੀ ਵਿੱਚ ਵੜਨ ਨੂੰ ਮੁੜ ਕੇ ਤਿਆਰ ਨਹੀਂ ਹੁੰਦਾ। ਜਿਹੜੀ ਫੈਟ ਵਾਲੀ ਗੱਲ ਤੁਸੀਂ ਦੱਸ ਰਹੇ ਸੀ, ਜੇ 3 ਤੋਂ ਘੱਟ ਫੈਟ ਹੋਊਗੀ ਤਾਂ ਰਿਜੈਕਟ ਕਰ ਦਿੱਤਾ ਜਾਊਗਾ, ਉਹ ਕੀ ਮੁੱਦਾ ਹੈਗਾ ਹੁਣ? ਉਹ ਮੁੱਦਾ ਦੇਖੋ ਇਹੀ ਆ ਵੀ ਪਸ਼ੂ ਆ, ਦੁੱਧ ਕਿਸੇ ਪ੍ਰੋਡਿਊਸਰ ਦਾ ਨਹੀਂ ਹੁੰਦਾ, ਨਾ ਕਿਸੇ ਸੈਕਟਰੀ ਦਾ, ਦੁੱਧ ਤਾਂ ਪਸ਼ੂਆਂ ਦਾ ਹੈ। ਹੁਣ ਦੱਸੋ ਵੀ ਅਸੀਂ ਮਤਲਬ ਪਸ਼ੂਆਂ ਦੇ ਉੱਤੇ ਕੀ ਕੰਡੀਸ਼ਨ ਲਾ ਸਕਦੇ ਹਾਂ? ਗੂੰਗਾ ਤਾਂ ਨਾ, ਸਾਨੂੰ ਖੁਦ ਨਹੀਂ ਪਤਾ, ਸਾਰੇ ਜਿਹੜੇ ਪਸ਼ੂਆਂ ਦੇ ਮਗਰ ਫਿਰਦੇ ਹਾਂ, ਸਾਤੇ ਕਿੱਥੇ ਗਲਤੀ ਹੋ ਗਈ, ਪਸ਼ੂ ਸ਼ਾਮ ਨੂੰ ਫੈਟ ਵੀ ਦਿੰਦਾ, ਐਸਐਨਐਫ ਵੀ ਦਿੰਦਾ ਅਤੇ ਦੁੱਧ ਵੀ ਨਹੀਂ ਦਿੰਦਾ, ਉਸ ਨੂੰ ਅਸੀਂ ਕੀ ਕਰ ਸਕਦੇ ਹਾਂ? ਜਾਂ ਤਾਂ ਫਿਰ ਹੋਰ ਕਰਨ ਇਹ ਵੇਰਕਾ ਵਾਲੇ ਐਮਡੀ ਮਿਲਕ ਫੈਡ, ਇਹ ਚੁੱਪ ਕਰਕੇ ਪਸ਼ੂਆਂ ਦੀ ਚਿੱਪਾਂ ਲਾ ਦੇਣ ਵੀ ਜਿਹੜਾ ਦੁੱਧ ਇਹਨਾਂ ਨੇ ਕਹੇ ਉਹਦੇ ਮੁਤਾਬਕ ਦੇਵੇ। ਬਿਲਕੁਲ ਹੈ, ਫਿਰ ਅਸੀਂ ਸਾਡੀ ਤੋਂ ਸਾਨੂੰ ਬਾਹਰ ਕੱਢ ਦੇਣਾ ਜਿਹੜਾ ਦੁੱਧ ਆਊਗਾ? ਜੇ ਫਿਰ ਪ੍ਰੋਡਿਊਸਰ ਕੋਈ ਹੇਰਾ ਫੇਰੀ ਕਰਦਾ, ਫਿਰ ਤਾਂ ਪ੍ਰੋਡਿਊਸਰ ਬੇਈਮਾਨ ਆ। ਜਾਂ ਦੁੱਧ ਜਿਹਾ ਜਿਹਾ ਪਸ਼ੂ ਨੇ ਦੇਣਾ ਹੋ ਜਾਵੇ ਉਹਨੂੰ ਪ੍ਰੋਡਿਊਸਰ ਨੇ ਸਭਾ ਵਿੱਚ ਲੈ ਕੇ ਆਉਣਾ, ਉਹ ਅਸੀਂ ਕਹਿੰਦੇ ਜੀ ਸਾਡਾ ਹੈ ਨਹੀਂ, ਸਾਡੇ ਮਤਲਬ ਪੈਰਾਮੀਟਰਾਂ ਵਿੱਚ ਹੀ ਨਹੀਂ ਆਉਂਦਾ। ਜਿਹੜੀ ਪੈਰਾਮੀਟਰ ਦੀ ਗੱਲ ਕਰ ਲਈ, ਹੁਣ ਸਾਉਣ ਦਾ ਮਹੀਨਾ ਚੱਲਦਾ, ਇਸ ਟਾਈਮ 'ਚ ਤਾਂ ਵੈਸੇ ਹੀ ਫੈਟ ਘੱਟ ਜਾਂਦੀ ਪਸ਼ੂਆਂ ਦੀ। ਗਰਮੀ, ਮੱਖੀ, ਮੱਛਰ ਸਭ 'ਤੇ ਪ੍ਰੋਡਿਊਸਰ ਲਈ
ਆਹ 3 ਮਹੀਨੇ ਜੂਨ ਜੁਲਾਈ ਅਗਸਤ ਸਭ ਤੋਂ ਮਾੜੇ ਹੁੰਦੇ ਨੇ। ਬਿਲਕੁਲ ਇਹਨਾਂ ਨੇ ਬਿਲਕੁਲ ਹੀ ਛੇੜਿਆ ਹੀ ਇੱਥੇ ਆ ਕੇ ਛੇੜਿਆ ਤਾਂ ਕਿ ਵੀ ਵੱਧ ਤੋਂ ਵੱਧ ਬੇਰਕਾਰ ਦਾ ਨੁਕਸਾਨ ਹੋਵੇ। ਇਹੀ ਛੇੜਾ ਇਹ ਅਕਤੂਬਰ ਨਵੰਬਰ ਵਿੱਚ ਛੇੜਦਾ ਸ਼ਾਇਦ ਕੁਛ ਰਿਜ਼ਲਟ ਹੋਰ ਹੁੰਦਾ। ਬਿਲਕੁਲ ਅਤੇ ਹੁਣ ਇਹਨਾਂ ਸਿਰਫ ਕਮਜ਼ੋਰ ਕਰਨਾ ਹੈ, ਸਹੀ ਟਾਈਮ 'ਤੇ ਆ ਕੇ ਇਹਨੇ ਕਮਜ਼ੋਰ ਕਰਨ ਵਾਲੇ ਟਾਈਮ 'ਤੇ ਆ ਕੇ ਛੇੜਾ ਛੇੜਿਆ। ਹੋਰ ਪ੍ਰੋਬਲਮ ਕੋਈ ਨਹੀਂ, ਕੋਈ ਪਲਾਂਟ ਘਾਟੇ ਵਿੱਚ ਨਹੀਂ। ਮਿਲਕ ਪਲਾਂਟ ਮੋਹਾਲੀ, ਜਲੰਧਰ, ਲੁਧਿਆਣਾ 5-7 ਪਲਾਂਟ ਆ ਜਿਹੜੇ ਬਿਲਕੁਲ ਟੌਪ 'ਤੇ ਚੱਲ ਰਹੇ ਨੇ, ਅਤੇ ਅਸੀਂ 20-20 ਹਜ਼ਾਰ ਲੀਟਰ ਤੋਂ ਬੇਰਕ ਪਲਾਂਟਾਂ ਨੂੰ 7-7-8-8 ਲੱਖ, 9-9-10 ਲੱਖ ਲੀਟਰ ਲੈ ਕੇ ਆਏ ਹਾਂ। ਜੇ ਸਿਸਟਮ ਸਾਡਾ ਵਧੀਆ ਚੱਲ ਰਿਹਾ ਸੀ, ਵਧੀਆ ਸਾਰਾ ਸਟਾਫ ਸੈਕਟਰੀ ਤੋਂ ਲੈ ਕੇ ਉੱਪਰ ਦਾ ਕੰਮ ਕਰ ਰਹੇ ਨੇ, ਤਾਂ ਹੀ ਇਹਨੇ ਅਸੀਂ ਵਧੇ ਹਾਂ। ਪਰ ਇਹਨਾਂ ਨੇ ਇੱਕਦਮ ਇਹਨਾਂ ਨੂੰ ਉਲਟ ਪਾਸੇ ਤੋਂ ਆਉਣਾ ਸ਼ੁਰੂ ਕਰ ਦਿੱਤਾ। ਜਿਹੜੀ ਆਪਾਂ ਗੱਲ ਕਰ ਰਹੇ ਸੀ ਘਪਲੇ ਦੀ, ਕਿ ਘਪਲੇ ਬਹੁਤ ਕੀਤੇ ਜਾ ਰਹੇ, 2019 ਤੋਂ ਪਹਿਲਾਂ ਗਰੋਥ ਦੇ ਵਿੱਚ ਸੀਗਾ ਸਾਰਾ ਸੈਕਟਰ ਇਹ, ਹੁਣ ਕਹਿੰਦੇ ਵੀ ਅਸੀਂ ਘਾਟੇ ਦੇ ਵਿੱਚ ਹਾਂ। 410 ਕਰੋੜ ਤੁਸੀਂ ਦੱਸ ਰਹੇ ਸੀ ਵੀ ਘਾਟੇ 'ਚ ਲਿਮਿਟ ਲਈ ਇਹਨਾਂ ਨੇ, ਕਰਜ਼ਾਈ ਹੋਏ ਨੇ ਇਹਨਾਂ ਨੇ ਸਾਡਾ 2019 ਦੇ ਵਿੱਚ, ਅਰ 17 ਕੁਛ ਪਹਿਲਾਂ ਉਹ ਆ ਗਿਆ ਸੀ ਆਪਣੇ ਨੋਟਬੰਦੀ, ਹਾਂਜੀ, ਉਸ ਕਰਕੇ ਕੁਛ ਪ੍ਰਾਈਵੇਟ ਕੰਪਨੀਆਂ ਭੱਜ ਗਈਆਂ ਸੀਗੀਆਂ। ਸਾਡੇ ਬੇਰਕਾ ਦੇ ਕੋਲ, ਮਿਲਕ ਫੈਡ ਕੋਲ ਦੁੱਧ ਦਾ ਕਾਫੀ ਇੱਕਦਮ ਫਲੱਡ ਆ ਗਿਆ ਸੀ। ਬਿਲਕੁਲ ਜੀ, ਉਹਦਾ ਸਮਾਨ ਇਹਨਾਂ ਦਾ ਵਿਕਣ 'ਤੇ ਰਹਿ ਗਿਆ। ਉਸ ਤੋਂ ਬਾਅਦ ਅੱਗੇ ਲੋਕਡਾਊਨ ਆ ਗਿਆ ਅਤੇ ਸਮਾਨ ਵਿਕਣ 'ਤੇ ਰਹਿ ਗਿਆ। ਇਹਨਾਂ ਨੇ ਇਹ ਗੱਲ ਬਣਾਈ ਜੀ ਸਾਡੇ ਕੋਲ ਸਮਾਨ ਬੜਾ ਪਿਆ ਸਟੋਰਾਂ ਦੇ ਵਿੱਚ, ਵੀ ਸਾਨੂੰ ਲਿਮਿਟ ਦਿਓ ਕਿਸੇ ਬੈਂਕ ਨੂੰ। ਇਹਨਾਂ ਨੇ 100 ਕਰੋੜ ਤੋਂ ਲਿਮਿਟ ਚਲਾਈ, ਹੌਲੀ ਹੌਲੀ ਲਿਮਿਟ ਵੱਧ ਕੇ 410 ਕਰੋੜ ਦੀ ਹੋ ਗਈ, 4 ਅਰਬ 10 ਕਰੋੜ ਦੀ ਜਿਹੜੀ ਐਤਕੀ ਇਹਨਾਂ ਨੇ ਨਿਊ ਕਰਵਾਈ ਆ। ਔਰ ਸਾਡੇ ਸਟੋਰਾਂ ਦੇ ਵਿੱਚ ਜੇ ਅਸੀਂ ਕਹੀਏ ਸਾਨੂੰ 20-30 ਘਿਓ ਦਿਓ, ਸਾਡੇ ਕੋਲ ਇਹਨਾਂ ਕੋਲ ਉਹ ਵੀ ਨਹੀਂ। ਇਸ ਟਾਈਮ ਸਟੋਰ ਵੀ, ਸਟੋਕ ਵੀ ਖਤਮ ਹੋ ਗਿਆ, ਲਿਮਿਟ ਫਿਰ ਵੱਧਦੀ ਆ। ਬਿਲਕੁਲ, ਜੇਕਰ ਸਾਡੇ ਆਪਣੇ ਅਫਸਰ ਸਾਹਿਬਾਨ ਇਮਾਨਦਾਰੀ ਨਾਲ ਕੰਮ ਕਰਨ, ਅੱਜ ਦਿਨ ਪ੍ਰੋਡਿਊਸਰ ਨੂੰ 100 ਰੁਪਇਆ ਦੇ ਕੇ ਲੀਟਰ ਦਾ, ਤਾਂ ਵੀ ਸਾਡੇ ਪਲਾਂਟ ਆ ਜਿਹੜੇ ਮੁਨਾਫੇ ਵਿੱਚ ਜਾਣਗੇ। 3-3 ਸਾਲ ਸਾਡਾ ਰੇਟ ਇੱਕੋ ਦਮ ਖੜਾ ਰਹਿੰਦਾ, ਇੱਕੋ ਜਗ੍ਹਾ 'ਤੇ ਰੇਟ ਦੀ ਵਾਧਾ, ਖਰਚੇ ਪ੍ਰੋਡਿਊਸਰ ਦੇ ਵੱਧਦੇ ਜਾਂਦੇ ਨੇ। ਉਸ ਦਾ ਵੀ ਕਾਰਨ ਇਹ ਵੀ ਉਹਨਾਂ ਦਾ ਕੰਮ ਬੰਦ ਕਰਾਉਣਾ। ਹੁਣ ਸਾਡੇ 2022 ਦੇ ਵਿੱਚ 85 ਰੁਪਏ ਰੇਟ ਸੀ, 815 ਰੁਪਏ, ਉਸ ਤੋਂ ਬਾਅਦ 3 ਰੁਪਏ ਭਗਵੰਤ ਮਾਨ ਦੀ ਸਰਕਾਰ ਨੇ ਸਬਸਿਡੀ ਦੇ ਦਿੱਤੀ ਜਿਹੜੀ 2 ਮਹੀਨੇ ਚੱਲੀ। ਅੱਜ ਤੱਕ 835 ਰੁਪਏ ਰੇਟ ਆ, 2-3 ਸਾਲਾਂ ਬੀਜ ਜਾਣ ਤੋਂ ਬਾਅਦ ਇੱਥੇ ਹੀ ਖੜਾ। ਉਹ ਪ੍ਰੋਡਿਊਸਰ ਕੀ ਕਰੂ ਜੇ ਫਿਰ ਵੀ ਪ੍ਰੋਡਿਊਸਰ ਉਸ ਦੇ ਬਾਵਜੂਦ ਵੀ ਮਿਹਨਤ ਕਰਕੇ ਦੁੱਧ ਪੈਦਾ ਕਰਦਾ, ਉਹਦੇ ਉੱਤੇ ਆਹ ਕੰਡੀਸ਼ਨਾਂ ਲੱਗੀਆਂ ਜਿਹੜੀਆਂ ਅੱਜ ਲੱਗੀਆਂ ਹੋਈਆਂ। ਅਤੇ ਹੁਣ ਆਪਾਂ ਕੀ ਮੰਗ ਕਰ ਰਹੇ ਹਾਂ ਸਰਕਾਰ ਕੋਲੋਂ, ਪ੍ਰਸ਼ਾਸਨ ਕੋਲੋਂ? ਵੀ ਅਸੀਂ ਮੰਗ ਦੇਖੋ ਜੀ ਇਹੀ ਕਰਦੇ ਵੀ ਜਿਹੜਾ ਸਿਸਟਮ ਪਹਿਲਾਂ, ਜਿਹੜੀ ਸਾਡੀ ਅੱਜ ਦੀ ਮੁੱਖ ਮੰਗ ਆ, ਵੀ ਜਿਹੜਾ ਸਿਸਟਮ ਜਿਸ ਤਰ੍ਹਾਂ 31 ਜੁਲਾਈ ਤੋਂ ਪਹਿਲਾਂ ਚੱਲ ਰਿਹਾ ਸੀ ਉਹਨੂੰ ਉਸੇ ਤਰ੍ਹਾਂ ਚੱਲਣ ਦੇਣ। ਜਿਹੜੀ ਗੱਲਬਾਤ ਅੱਗੇ ਕੋਈ ਹੋਰ ਹੈ ਵੀ, ਉਹ ਸਾਡੀ ਯੂਨੀਅਨ ਸੈਕਟਰੀ, ਯੂਨੀਅਨ ਸਾਡੇ ਡਾਇਰੈਕਟਰ ਸਾਹਿਬਾਨ ਦੇ ਬੋਰਡ ਦੇ ਮੈਨੇਜਮੈਂਟ ਆ, ਉਹ ਬੈਠ ਕੇ ਉਸਨੂੰ ਮਸਲਾ ਹੱਲ ਕਰ ਲੈਣਗੇ, ਹੋ ਜੂਗਾ। ਪਰ ਇਹ ਇੱਕਦਮ ਬਿਨਾਂ ਦੱਸੇ ਪੁੱਛੇ ਜੋ ਲੋਕਾਂ ਕਰੀ ਜਾਂਦੇ ਉਹ ਬਿਲਕੁਲ ਗਲਤ ਆ। ਅਤੇ ਹੁਣ ਧਰਨਾ ਕਦ ਤੱਕ ਚੱਲਦਾ ਰਹੇਗਾ? ਦੇਖੋ ਧਰਨਾ ਹੀ ਦੇਖਦਾ, ਜੇ ਮੈਨੇਜਮੈਂਟ ਗੱਲਬਾਤ ਚੱਲ ਰਹੀ ਹੈ, 10 ਮਿੰਟ ਦਾ ਸਮਾਂ ਲੈ ਕੇ ਗਈ ਸੀ ਲੇਕਿਨ ਘੰਟਾ ਬੀਤ ਚੁੱਕਿਆ। ਅਸੀਂ ਆਪਣਾ ਕਮੇਟੀ ਨਾਲ ਸਲਾਹ ਕਰਕੇ ਅੱਗੇ ਨੈਕਸਟ ਪ੍ਰੋਗਰਾਮ ਕੀ ਆ ਸਾਡਾ, ਉਹ ਫਿਰ ਬਾਅਦ 'ਚ ਦੱਸਾਂਗੇ। ਤਾਂ ਹੁਣ ਅਸੀਂ ਕਿਸਾਨਾਂ ਨਾਲ ਗੱਲਬਾਤ ਤਾਂ ਦੇਖ ਲਈ ਵੀ ਉਹਨਾਂ ਦੇ ਕੀ ਮੁੱਦੇ ਨੇ, ਕਿਸ ਟੌਪਿਕ 'ਤੇ ਉਹਨਾਂ ਨੇ ਧਰਨਾ ਲਾਇਆ ਅਤੇ ਕਿਉਂ ਰੋਸ ਪ੍ਰਗਟ ਕਰ ਰਹੇ ਨੇ। ਅਤੇ ਹੁਣ ਆਪਣੇ ਨਾਲ ਵੇਰਕਾ ਦੇ ਜਿਹੜੇ ਜਨਰਲ ਮੈਨੇਜਰ ਮੌਜੂਦ ਨੇ, ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਲਈ, ਉਹਨਾਂ ਤੋਂ ਪੁੱਛਦੇ ਹਾਂ ਵੀ ਅਸਲ ਦੇ ਵਿੱਚ ਜਿਹੜੀ ਗੱਲਬਾਤ ਹੈ ਕੀ ਹੈ, ਕੀ ਜਿਹੜੇ ਕੀ ਨਿਊ ਰੂਲਸ, ਟਰਮਸ ਐਂਡ ਕੰਡੀਸ਼ਨ ਲਾਗੂ ਕੀਤੀਆਂ ਗਈਆਂ ਨੇ ਅਤੇ ਉਹਨੂੰ ਸਮਝਦੇ ਹਾਂ ਕੀ ਚੀਜ਼ ਆ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਐਕਚੁਅਲੀ ਨਾ ਹਮਾਰੇ ਮਿਲਕ ਫੈਡ ਲੈਵਲ ਪਰ ਨਾ ਇੱਕ ਕਮੇਟੀ ਬਣੀ ਥੀ ਹਮਾਰੀ ਪ੍ਰੋਕਿਓਰਮੈਂਟ ਸਿਸਟਮ ਕੋ ਟ੍ਰਾਂਸਪੈਰੈਂਟ ਕਰਨੇ ਕੇ ਲੀਏ। ਤੋ ਉਸਮੇ ਥੋੜ੍ਹਾ ਡਿਸੀਜਨ ਹੁਆ ਥਾ ਕਿ ਹਮ ਔਨਲਾਈਨ ਇਸਕੋ ਸਿਸਟਮ ਕੋ ਕਰੇਂ, ਜਿਸਮੇ ਕੁਛ ਬਦਲਾਵ ਕੀਆ ਗਿਆ ਕਿ ਤਾਂ ਕਿ ਸਾਰੇ ਪ੍ਰੋਡਿਊਸਰ ਲੈਵਲ ਪਰ ਇਸਕੀ ਟ੍ਰਾਂਸਪੈਰੈਂਟ ਸਿਸਟਮ ਕੋ ਲਾਗੂ ਕੀਆ ਜਾਏ ਪ੍ਰੋਡਿਊਸਰ ਲੈਵਲ ਸੇ ਪਲਾਂਟ ਲੈਵਲ ਤੱਕ।
इसलिए इसमें कुछ बदलाव किया गया था, उसके अंगेंस्ट ये धरना दिया गया, ये विरोध किया गया कि नहीं ये पुरानी ही सिस्टम लागू किया जाए जो हमारे सोसाइटियाँ के जो सेक्रेटरी हैं जो हमारी सोसाइटी को चलाते हैं दूध कलेक्शन करते हैं वो सिस्टम के अंगेंस्ट जो हम लागू करना चाह रहे हैं ट्रांसपेरेंट अति विधि से ये लागू करना चाह रहे हैं। इसलिए तो जिहड़ा उन्हां वल्लों कहा जा रहा है भी जिहड़ा कह लो भी 3% तो जिहड़ा फैट घट होएगी तो दुध रिजेक्ट कर दिता जाएगा, उहदे बारे की कहना सर तुहाडा? नहीं, उसके लिए कमेटी डिसीजन होया था हमारे लेवल कि 2.5 मिनिमम है, 2.5 फैट तक हम रिसीव करेंगे और मैक्सिमम 11% तक। तो इसको सीएम का जो फैट होती है ना उसको 2.5 से लेके 5% तक और 5.1 से लेके 11% जो मज का दूध होता है उसको हम रिसीव करेंगे। तो इन्हां वालों कहा जा रहा है भी कि जो सिस्टम है लॉक कर दिता गया, तो उन्होंने सरल भाषा में दसो भी की चीज़ है तो की अपडेशन की गई है जो उन्होंने गलत लग रही है। एक्चुअली ना इसको सिस्टम को इसलिए ये लॉक नहीं कर सकते हैं, एक ऑनलाइन सिस्टम है। एक बार हम जो डाटा है ना उसको हम फीड आ गई, जैसे किसी की फैट प्रोड्यूसर की 4-5 आ गई तो 4-5, 8-5 SNF आ गई तो वो डाटा ऑनलाइन हमारे पास वो डाटा फीड हो गई। अब उसको हम चेंज नहीं करेंगे, अगर कोई मिस्टेक से किसी सोसाइटी में या सेक्टरी से गलती से कुछ होता है या सिस्टम तो उसको उस सेक्टरी को पावर नहीं होगा उसको ठीक करने का, एडिट करने का। वो हमारा आगे हायर अथॉरिटी के परमिशन से अगर कोई होगा कि हाँ ये गलती हुई है कोई सोसाइटी लेवल पे या सेक्टरी लेवल पे तो उसको ठीक किया जा सकता है, लेकिन हायर अथॉरिटी के नॉलेज में। इसीलिए कि क्योंकि ना ये ट्रांसपेरेंट तभी होगा कि वो सिस्टम ऑनलाइन है, हमारे शुरू प्रोड्यूसर लेवल से लेके प्लांट लेवल तक कंज्यूमर लेवल तक जो हम इस दूध को करने वो सारे ट्रांसपेरेंट विधि से वो हमारे प्लांट में भी ये सिस्टम लागू हो रहा है हर लेवल पे। जो हमारे एक SAP है सिस्टम जो अभी लेटेस्ट सिस्टम आई है उसको हम यहाँ लागू करने जा रहे हैं। तो सर एक तो सर वो थोड़ी जी किसान गलबात हुई है मीटिंग हुई थोड़ी उन्होंने? हाँ जी, उसके नाम उनके उन लोगों के साथ मीटिंग हुई है तो उसमें ये डिसीजन हुआ कि आपकी कुछ क्वायरियाँ हैं, कोई प्रॉब्लम है ये सिस्टम को लागू करने में, उसको दूर करेंगे। हम बैठ के 8 तारीख के MD साहब के नाल मीटिंग, हमारी जो कमेटी बनी हुई है हेड ऑफिस लेवल उसमें सारे प्लांट से नुमाइंदे हैं, सारे हायर ऑफिसर उसमें हैं, वो वहाँ डिस्कशन करेंगे जो उन लोग को कोई क्वायरी है कोई प्रॉब्लम है कि भाई उसको सॉर्ट आउट किया जाएगा और उस लेवल पर कुछ डिसीजन हो गए कुछ चेंजेस करना होगा तो करेंगे। तो मतलब कि जिहड़ा न्यू हुण टर्म्स एंड कंडीशन रखिया गई ने उन्होंने लग रहा है भी साढ़े जे हक मारे जा रहे पर हक नहीं मार रहे, उन्होंने अपडेट किया जा रहा टर्म्स एंड कंडीशन? हाँ, उसमें कोई हक मारने वाली बात नहीं है, जो भी सिस्टम है वो ट्रांसपेरेंट किया जा रहा है, सबको पता लगे हम दूध दे रहे हैं 2 किलो दूध दे रहे हैं तो हमें पता है होनी चाहिए कि हम 2 किलो हमारे कितने पैसे बन रहे हैं, कितनी फैट है, कितने इसमें एक सिस्टम है, वो सिस्टम को ऑनलाइन किया जा रहा है ताकि हर को पता लगे इस चीज़ को। बिल्कुल सर। हाँ, इसीलिए इस सिस्टम को लागू किया जा रहा है। थैंक यू सर।